ਨੀ ਮੈਂ ਪਤਨਾ ਦਾ ਤਾਰੂ ਤੂੰ ਅਜੇ ਕੱਚੀ ਕਹਿਲ ਪਿੰਡ ਘੋਲੀਆ ਮੇਰਾ ਮੈਨੂੰ ਕਹਿੰਦੇ ਜਰਨੈਲ ਆਏ ਬਾਜੀ ਦਾ ਵੀਰ ਜਗਤਾਰ ਫਤਿਹਗੜ੍ਹ ਵਾਲਾ ਮੇਰੇ ਵੀਰ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਲੈ ਵੀ ਗੁਰਪ੍ਰੀਤ ਸਿਆ ਮੇਰੇ ਵੀਰ ਕਬੱਡੀ ਤੁਸੀਂ ਵੀ ਖੇਡੀ ਹੈ ਦੋਨੋਂ ਸਰਪੰਚ ਵੀ ਕਬੱਡੀ ਦੇ ਸ਼ੌਕੀਨ ਰਹੇ ਆਪ ਵੀ ਸਿਰੇ ਦੇ ਖਿਡਾਰੀ ਰਹੇ ਹੈ ਕਬੱਡੀ ਦੇ ਸਟਾਰਾਂ ਦਾ ਪਿੰਡ ਹੈ ਪਿੰਡਰ ਉਧਰ ਲੱਖਾ ਕਬੱਡੀ ਪਾਉਂਦਾ ਹੋਇਆ ਹਾਂਜੀ ਉਧਰ ਲੱਖਾ ਫਤਿਹਗੜ੍ਹ ਵਾਲਾ ਉਹਨਾਂ ਦੇ ਫਾਦਰ ਸਾਹਿਬ ਉਹ ਕਹਿੰਦੇ ਲੱਖਾ ਜਿੰਨੇ ਪੁਆਇੰਟ ਲਊ ਹਰ ਪੁਆਇੰਟ ਦਾ 100 ਰੁਪਇਆ ਦੇਵਾਂਗੇ ਕਿ ਬਾਪੂ ਆਖੇ ਖੇਡ ਪੁੱਤ ਸ਼ੇਰ ਬਣ ਕੇ ਦਿਖਾ ਦੇ ਹੁਣ ਚੋਟੀ ਦਾ ਪਲੇਅਰ ਬਣ ਕੇ ਰਿਸ਼ਤੇਦਾਰ ਯਾਰ ਬੇਲੀ ਮਾਣ ਕਰਦੇ ਗੁਣਾ ਬਿਨਾ ਕੋਈ ਨੀ ਕਿਸੇ ਨੂੰ ਜਾਣਦਾ ਪੁੱਤ ਜਿਨ ਮਾਵਾਂ ਦੇ ਕਬੱਡੀ ਖੇਡਦੇ ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਜਿਹੜੇ ਵੀਰਾਂ ਨੇ ਪਲੇਅਰਾਂ ਦੇ ਮਾਨ ਸਨਮਾਨ ਕਰਨੇ ਹੈ ਹੇਠਲੀ ਸਟੇਜ ਤੇ ਸਾਡੇ ਵੀਰ ਬੈਠੇ ਆ ਮਾਈਕ ਲੱਗਾ ਹੋਇਆ ਬਕਾਇਦਾ ਨਾਂ ਲੈ ਕੇ ਸਾਰਿਆਂ ਦੇ ਨਾਮ ਅਨਾਊਂਸ ਕਰਾਂਗੇ ਇਹ ਸਾਡੀ ਬੇਨਤੀ ਹੈ ਉਧਰ ਕਾਲੂ ਸਲੀਣੇ ਵਾਲਾ ਪੁਆਇੰਟ ਜੋੜਦਾ ਇੱਕ ਰਸੂਲਪੁਰੀਆ ਕਬੱਡੀ ਦਾ ਸਟਾਰ ਇਧਰ ਦੇਖੋ ਸਲੀਣੇ ਵਾਲੇ ਨੇ ਪੁਆਇੰਟ ਜੋੜਿਆ ਮੀਨਾ ਫਤਿਹਗੜ੍ਹੀਆ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੀਨਾ ਫਤਿਹਗੜ੍ਹੀਆ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀ ਹੈ ਕੀਪੇ ਵਰਗੇ ਖੇਡ ਮੈਦਾਨ ਦੇ ਵਿੱਚ ਕਾਕਾ ਵੀ ਕਬੱਡੀ ਦਾ ਸਟਾਰ ਹੈ ਲਓ ਪਈ ਹੋਈ ਕਬੱਡੀ ਹੈ ਚਾਰ ਵੀਰਾਂ ਦੇ ਉੱਤੇ ਬੋਲਾ ਹਤਾਵਾ ਤੇ ਹੁਣ ਦੇਖੋ ਕੀ ਨੇ ਲਾ ਕੇ ਜੱਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਧਾ ਕਰਨਾ ਦੇਖੋ ਨੌਜਵਾਨ ਗੱਭਰੂ ਨਾਲ ਹੋ ਗਿਆ ਮੁਕਾਬਲਾ ਦੱਸੋ ਬਲਦੇਵ ਸਿੰਘ ਕੀ ਫੈਸਲਾ ਕਾਕੇ ਪੰਡਤ ਦਾ ਹੂਟਰ ਵੱਜਣਾ ਅੱਧੀਆਂ ਸੈਕਿੰਡਾਂ ਦੀ ਗੱਲ ਹੈ ਪੁਆਇੰਟ ਇਸ ਵੇਲੇ ਸਟੋਪਰ ਦਾ ਨਿਰਪੈ ਤੂਰ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ ਵੱਖੋ ਵੱਖਰੇ ਸ਼ੌਂਕ ਹੈ ਕਬੱਡੀ ਦੇ ਖਿਡਾਰੀਆਂ ਨੂੰ ਵੇਖੋ ਕਬੱਡੀ ਕਾਲੂ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਸਲੀਣਾ ਪਿੰਡ ਹੈ ਪਰ ਅੱਜ ਖੋਸੇ ਕੋਟਲੇ ਦਾ ਪੁੱਤ ਬਣ ਕੇ ਖੇਡਦਾ ਹੈ ਖੇਡ ਦੇ ਮੈਦਾਨ ਦੇ ਵਿੱਚ ਕਾਲੂ ਦੀ ਪਹਿਲੀ ਕਬੱਡੀ ਹੈ ਚਾਰ ਜਾਫੀ ਹੈ ਫਤਿਹਗੜ੍ਹੀ ਹੈ ਜਗਤਾਰ ਨੇ ਵੀ ਕਹਿੰਦੇ ਵਰਲਡ ਕੱਪ ਦੇ ਸਾਰੇ ਟ੍ਰਾਇਲ ਕਲੀਅਰ ਕੀਤੇ ਸੀ ਪਰ ਥੋੜੀ ਉਮਰ ਛੋਟੀ ਹੋਣ ਕਰਕੇ ਭਾਰ ਘੱਟ ਹੋਣ ਕਰਕੇ ਨੌਜਵਾਨ ਗੱਭਰੂ ਵਰਲਡ ਕੱਪ ਨਹੀਂ ਖੇਡ ਸਕਿਆ ਪਰ ਸੱਚੇ ਪਾਤਸ਼ਾਹ ਦੀ ਮਿਹਰ ਹੈ ਨਸ਼ਿਆਂ ਪੱਤਿਆਂ ਤੋਂ ਦੂਰ ਹੈ ਖਿਡਾਰੀ ਦੇਖੋ ਆਹ ਕਹਿੰਦੇ ਘੋਲਗੀ ਵਾਲਾ ਗੁਰਵਿੰਦਰ ਜਿਹਨੇ ਹੁਣ ਜੱਫਾ ਲਾਇਆ ਮਲੇਸ਼ੀਆ ਵੀ ਖੇਡਿਆ ਤੇ ਪੰਜਾਬ ਦੇ ਕਬੱਡੀ ਕੱਪਾਂ ਤੇ ਵੀ ਟੌਪ ਦਾ ਜਾਫੀ ਹੈ ਵਜਨੀ ਕਬੱਡੀ ਦਾ ਗੁਰਵਿੰਦਰ ਸਿੰਘ ਘੋਲਗੀ ਵਾਲਾ ਇਸ ਵੇਲੇ ਲਾ ਤਕੜਾ ਜੱਫਾ ਆਪਣੀ ਟੀਮ ਦੇ ਪੁਆਇੰਟ ਜੋੜ ਕੇ ਉਹ ਨਹੀਂ ਮਿੱਤਰੋ ਇਹ ਗੱਲ ਸਮੇਂ ਦੀ ਹੈ ਸਮਾਂ ਬੀਤਿਆ ਪੁਆਇੰਟ ਜਾਫੀ ਦਾ ਹੈਲੋ ਹਾਂਜੀ ਚੌਥੇ ਰਾਉਂਡ ਦੇ 75 ਕਿਲੋ ਦੀਆਂ ਟਾਈਆਂ ਕੱਢਣ ਲੱਗਿਆ ਇੱਕ ਇੱਕ ਖਿਡਾਰੀ ਗਰਾਊਂਡ ਦੇ ਵਿੱਚ ਪਹੁੰਚ ਜਾ ਕਬੱਡੀ 75 ਕਿਲੋ ਚੌਥੇ ਰਾਉਂਡ ਦੀਆਂ ਟਾਈਆਂ ਨਿਕਲਣ ਜਾ ਰਹੀਆਂ ਮੋਹਣਾ ਵੀਰ ਸਾਡਾ ਪਰਚੀਆਂ ਲੈ ਕੇ ਪੁੱਜ ਗਿਆ ਹੈ ਰਾਜਾ ਸਾਡਾ ਵੀਰ ਠੀਕ ਹੈ ਜੀ ਮੁਹਣੇ ਬਾਈ ਇੱਥੇ ਹੀ ਕੱਢ ਦਿਓ ਟਾਈਆਂ ਪਲੇਅਰਾਂ ਨੂੰ ਇੱਕ ਇੱਕ ਬੁਲਾ ਲਓ ਦੋਨੋਂ ਟੀਮਾਂ ਦਾ ਇਹਨਾਂ ਦਾ ਤੇ ਜਿਹੜੀਆਂ ਦੋ ਆ ਖੜੀਆਂ ਇਹਨਾਂ ਦਾ ਜਾਂ ਜਿਹੜੀਆਂ ਪਹਿਲਾਂ ਦੋ ਜਿੱਤ ਕੇ ਗਈਆਂ ਉਹਨਾਂ ਟੀਮਾਂ ਦਾ ਇੱਕ ਇੱਕ ਪਲੇਅਰ ਬੁਲਾ ਲਿਆ ਜਾਵੇ ਸਾਡੀ ਬੇਨਤੀ ਹੈ ਟੀਮਾਂ ਦਾ ਇੱਕ ਇੱਕ ਪਲੇਅਰ ਆ ਜਾਵੇ ਜ਼ਿਆਦਾ ਰਸ਼ ਨਾ ਕਰਿਓ ਟਾਈਆਂ ਨਿਕਲ ਜਾ ਰਹੀਆਂ ਸਾਰਿਆਂ ਦੇ ਸਾਹਮਣੇ ਕੱਢਣੀਆਂ ਟਾਈਆਂ ਕਿਸੇ ਦਾ ਕੋਈ ਪੱਖਪਾਤ ਨਹੀਂ ਮਹਾਂਪੁਰਸ਼ਾਂ ਦੀ ਯਾਦ ਚ ਕਬੱਡੀ ਦਾ ਕੱਪ ਹੋ ਰਿਹਾ ਇੱਕ ਪਾਸੇ ਖੋਸੇ ਕੋਟਲੇ ਵਾਲਾ ਨਰਪੈ ਤੇ ਦੂਜੇ ਪਾਸੇ ਗੁਰਵਿੰਦਰ ਸਿੰਘ ਘੋਲੀਏ ਵਾਲਾ ਟਰਾਈ ਬੜੀ ਸੋਹਣੀ ਕੀਤੀ ਪਰ ਪੁਆਇੰਟ ਰੇਡਰ ਦਾ ਖੇਡ ਦੇ ਮੈਦਾਨ ਦੇ ਵਿੱਚ ਅਗਲਾ ਮੈਚ ਵੀ ਸਿਰੇ ਦਾ ਖੇਡਿਆ ਜਾਣਾ ਹੈ ਘੜਿਆਲ ਤੇ ਕੌਂਕਿਆਂ ਦੀਆਂ ਟੀਮਾਂ ਦੇ ਦਰਮਿਆਨ ਅਗਲੀ ਵੀ ਕਾਂਡੇ ਦੀ ਟੱਕਰ ਹੋਣੀ ਉਸ ਤੋਂ ਬਾਅਦ ਟਾਈਆਂ ਨਿਕਲਣ ਜਾ ਰਹੀਆਂ ਓਪਨ ਕਬੱਡੀ ਦੀਆਂ ਟੀਮਾਂ ਆਪ ਆਪਣੀ ਐਂਟਰੀਆਂ ਕਰਾ ਲੈਣ ਹੈਲੋ ਹਾਂਜੀ ਪੰਮਾ ਸਪੀਕਰ ਵਾਲਾ ਨੋਨੀ ਨੂੰ ਮਿਲੇ ਉਹਨਾਂ ਨੇ ਲੰਗਰ ਲੈਣ ਜਾਣਾ ਓਪਨ ਕਬੱਡੀ ਦੀਆਂ ਟੀਮਾਂ ਵੀ ਆਪ ਆਪਣੀ ਐਂਟਰੀਆਂ ਕਰਵਾ ਲੈਣ ਜਿਵੇਂ ਜਿਵੇਂ ਅਸੀਂ ਮੈਚ ਬੋਲਾਂਗੇ ਉਵੇਂ ਉਵੇਂ ਟੀਮਾਂ ਜਿਹੜੀਆਂ ਗਰਾਊਂਡ 'ਚ ਪੁੱਜਣਗੀਆਂ ਲੱਖਾ ਫਤਿਹਗੜ੍ਹੀਆ ਕਬੱਡੀ ਕਰਦਾ ਹੋਇਆ ਵੇਖੋ ਸਾਹਮਣੇ ਚਾਰ ਜਾਫੀ ਤਿਆਰ ਹੈ ਕਿ ਜਿਨ੍ਹਾਂ ਨੇ ਖੇਡੀ ਜੀ ਲਾ ਕੇ ਬੁਲਟਾਂ ਉੱਤੇ ਚੜਾ ਤੇ ਜੇਬਾਂ ਯਾਰ ਉਹ ਨੋਟ ਨਾ ਚੱਲਣ ਕਾਰਾਂ ਕੋਠੀਆਂ ਵਾਲੇ ਬਣਾ ਤੇ ਕਈਆਂ ਦੀ ਚੱਕ ਦਿੱਤੀ ਗਰੀਬੀ ਕਰਤੀ ਖੁਸ਼ਕੀ ਦੂਰ ਇੰਗਲੈਂਡ ਕਨੇਡਾ ਅਮਰੀਕਾ ਦੇ ਲਾਉਂਦੇ ਨੇ ਉਹ ਟੂਰ ਤਕਦੀਰ ਦੇ ਬੂਹੇ ਖੁੱਲ ਜਾਣ ਗੁਣਜੇ ਕੋਲ ਕਬੱਡੀ ਦੇ ਹੁਣ ਦੁਨੀਆਂ ਦੇ ਵਿੱਚ ਵੱਜ ਗਏ ਜੋਧਾ ਟੋਹਲ ਕਬੱਡੀ ਦੇ ਆ ਕੀਪਾ ਖੋਸੇ ਕੋਟਲੇ ਵਾਲਾ ਲਾ ਤਕੜਾ ਜੱਫਾ ਆਪਣੀ ਟੀਮ ਲਈ ਪੁਆਇੰਟ ਜੋੜਦਾ ਹੋਇਆ ਨਿਰਪੈ ਤੂਰ ਦੀ ਕਬੱਡੀ ਪੈਂਦੀ ਹੈ ਵੇਖੋ ਬਰਾਬਰ ਦਾ ਬੰਜ ਬਰਾਬਰ ਦੀ ਭਾਜੀ ਕਿਹੜੇ ਗੱਭਰੂ ਨੇ ਮੋੜਨੀ ਹੈ ਖੇਡ ਮੈਦਾਨ ਦੇ ਵਿੱਚ ਵੇਖੋ ਘੋਲੀਏ ਵਾਲੇ ਨਾਲ ਮੁਕਾਬਲਾ ਪੁਆਇੰਟ ਰੇਡਰ ਦਾ ਇਹ ਪੁਆਇੰਟ ਖੋਸੇ ਕੋਟਲੇ ਵਾਲੇ ਨਿਰਪੈ ਸਿੰਘ ਤੂਰ ਦਾ ਖੇਡ ਮੈਦਾਨ ਦੇ ਵਿੱਚ ਵੀਰੀ ਤੇ ਸੇਬੀ ਦੀ ਜੋੜੀ ਪ੍ਰਸਿੱਧ ਰਹੀ ਮਹਿਣੇ ਵਾਲਾ ਜਸਵੀਰ ਤੇ ਨਾਲ ਰੂਪਾ ਕਿਸ਼ਨਪੁਰੇ ਵਾਲਾ ਅੱਜ ਦੇ ਸਾਡੇ ਅਫੀਸ਼ੀਅਲ ਵੀਰ ਆਪਾਂ ਧੰਨਵਾਦ ਕਰਦੇ ਹਾਂ ਸਟੇਜ ਦੇ ਉੱਤੇ ਸਾਡੇ ਦਾਨੀ ਵੀਰਾਂ ਦੀ ਭਰਮੀ ਹਾਜ਼ਰੀ ਹੈ ਵੱਡਾ ਸਹਿਯੋਗ ਹੈ ਆਪਾਂ ਸਾਰੇ ਵੀਰਾਂ ਦੇ ਸਤਿਕਾਰ ਕਰਦੇ ਹਾਂ ਸਾਰੇ ਕਬੱਡੀ ਨੇ ਬੜੇ ਆਸ਼ਿਕ ਨੇ ਵੱਡਾ ਪਿਆਰ ਕਰਦੇ ਨੇ ਵੱਡੇ ਯੋਗਦਾਨ ਹੈ ਅੱਜ ਸਾਲ ਦੀ ਤਰ੍ਹਾਂ ਇਹਨਾਂ ਵੀਰਾਂ ਦੇ ਲਓ ਵੇਖੋ ਸਾਹਮਣੇ ਮੀਨਾ ਫਤਿਹਗੜ੍ਹ ਕੋਰੋ ਟਾਣੇ ਵਾਲਾ ਕਬੱਡੀ ਕਰਦਾ ਹੋਇਆ
खेड मैदान दे विच हलो बाबा होने गौत दा दूर हो जी महाराज महीने की पई हुई कबड्डी ते पॉइंट सेबी आखदा भी रेडर दा है ए पॉइंट फतेहगढ़ वाले नौजवान गभरू दा वीर जी एडवांस टीम कोई ग्राउंड ते ना एंटर होवे मेरी बेनती है ग्राउंड दा डिसिप्लिन जिहड़ा आपां बना के रखना है उधर देखो सामने खेड मैदान दे विच पैंदी है कबड्डी हुण दिंदी है दुनिया निरपै खोसे कोटले वाला दूजे पासे चार जाफिया फतेहगढ़ीए खेड मैदान दे विच जगतार सिंह दा मुकाबला हो गया देखो पई हुई कबड्डी है कि करने खुराकां उत्ते खुले खर्चे ते एवें नहीं जोधे आए हुंदे चर्चे चुंगणियां बूरियां बदाम चबणे डौलिया ने जिम ना शिंगार बनन पैंदी है जवाइयां वांगू जान सांभणी सौखा नहीं कबड्डी दा स्टार बनन खोसा कोटला जेतू इस मैच चो खोसा कोटला जेतू इस मैच चो नोट कर लिया जावे खोसे कोटले दी टीम जिहड़ी जेतू रही है कंडियाल ते कौंके जल्दी ना अपनी साइडां लै लैण टाइयां जल्दी कढ दिओ मोहणे भाई मैच दा इशारा कर दिओ मैनूं दस दिओ वी की दा मैच की दे नाल है वै खोसे कोटले वीरां दा 100 रुपया लै जाणा इत्थों आ के उधर सुखा कबड्डी खिडारी साडा मनीवीर कहिंदा वी जग्गे इटली उहनां वल्लों कूलर नाल मान्या सन्मान्या जाणा है विशेष तौर पर हैप्पी ते प्रदीप टैणे उन्होंने हैलो हाँ जी चारे टीम मतलब 75 किलो दी ग्राउंड दे विच पहुंच जाण टाइयां कढ़न लगे आ मोहणे भाई कढ दिओ प्लेयर तुहाडे कोल ही खड़े कढ दिओ टाइयां अपनी ग्राउंड वेली हो जाणी इस मैच तों बाद नहीं तां फिर सो बेनती है टाइयां कढ दिओ आपां पहलां बोलना सी वीरे चार पंज वार मैं अनाउंस कर दिता टीमां जे नहीं आ रहीआं तां मर्जी है तुसीं टाइयां कढो दो तीन टीम को खड़ी है तुम कढ दो टाइया ता जो अपनी ग्राउंड ना वेली हो वे। बिकी जल्दी ना बलदेव साइड लै लो वीरे आप अपनी कंडियाल ते कौंकियां दा मैच खेडा जाना है खेड मैदान दे विच कौंके पिंड भी कबड्डी दे स्टारां दा कंडियाल पिंड भी कबड्डी दे स्टारां दा संत महापुरशां दी धरती 100 रुपया सी साडे पिंदू वीर कोल खोसे कोटले वाले जाफी दा सरदार प्रकाश सिंह जी बिजली बोर्ड वाले लखे वीर दे फादर साहब उन्हां वल्लों मान सम्मान सी पिंदू ओ 100 रुपया जिहड़ा पहुंचदा कर दिओ प्लेयर तक बड़ी मेहरबानी जिंदर आस्ट्रेलिया लखा आस्ट्रेलिया ਉਹ ਵੀਰ ਜਿਹੜੇ ਕਬੱਡੀ 365.com ਦੇ ਜਿਹੜੇ ਜੁੜੇ ਹੋਏ ਹੈ ਬਲਜਿੰਦਰਾ ਯੂਕੇ ਤੋਂ ਵਿਸ਼ੇਸ਼ ਤੌਰ ਤੇ ਪੁੱਜਾ ਹੋਇਆ ਰਾਜਾ ਪਿੰਡਰ ਜੀ ਗੇਲਾ ਪਿੰਡਰ ਜੀ ਨਾਲ ਸਾਡੇ ਗੁਰਪ੍ਰੀਤ ਸਿੰਘ ਜੀ ਸਰਪੰਚ ਅਜਮੇਰ ਸਿੰਘ ਜੀ ਸਰਪੰਚ ਸਮੁੱਚੀ ਗ੍ਰਾਮ ਪੰਚਾਇਤ ਸਾਰੀ ਪ੍ਰਬੰਧਕ ਕਮੇਟੀ ਬੈਠੀ ਸਾਡੇ ਗੋਗੇ ਵੀਰ ਹੋਣੀ ਮਨੀ ਹੋਣੀ ਸਾਡੇ ਵੀਰ ਖੰਨੇ ਵੀਰ ਹੋਣੀ ਸਾਰੇ ਵੀਰਾਂ ਦਾ ਪਤਾ ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦੇ ਸਤਿਕਾਰ ਕਰਦੇ ਹਾਂ ਯੋਧੇ ਵੀਰ ਹੋਣੀ ਪਿੰਦੂ ਵੀਰ ਹੋਣੀ ਮਨਿੰਦਰ ਹੋਣੀ ਸਾਡੇ ਵੀਰ ਬਾਈ ਮੋਹਣੇ ਹੋਣੀ ਸਾਰੇ ਭਰਾਵਾਂ ਦੇ ਸਤਿਕਾਰ ਹੈ ਆਏ ਸਾਲ ਪਿਆਰ ਦਿੰਦੇ ਹੈ ਉਧਰ ਦੇਖੋ ਸੰਦੀਪ ਪਿੰਡਰਾਂ ਵਾਲਾ ਕੰਡਿਆਲ ਦੀ ਟੀਮ ਲਈ ਪੁਆਇੰਟ ਜੋੜਦਾ ਕੌਂਕਿਆਂ ਵਾਲਾ ਗੱਭਰੂ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਅਮਨ ਸੇਖੋ ਕੰਡਿਆਲ ਵਾਲਾ ਨਾਲ ਬਿੱਕੀ ਅਤੇ ਇੱਧਰ ਬਲਦੇਵ ਹੈ ਨੌਜਵਾਨ ਗੱਭਰੂ ਹੁਣ ਦੇਖੋ ਕਿਹੜਾ ਗੱਭਰੂ ਲਾ ਕੇ ਜੱਫਾ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ ਭਾਲੀ ਉਹਨਾਂ ਦੇ ਪਿੰਡ ਦੇ ਚਾਰ ਜਾਫੀ ਹੈ ਮੇਰੇ ਵੀਰੋ ਹੈਪੀ ਉਹਨਾਂ ਦੇ ਪਿੰਡ ਦੇ ਚਾਰ ਜਾਫੀ ਹੈ ਬਿੱਕੀ ਦਾ ਮੁਕਾਬਲਾ ਇਹ ਪੁਆਇੰਟ ਜਾਫੀ ਦਾ ਦਾਤੇ ਵਾਲੇ ਸੇਬੀ ਨੇ ਵਿਸਲ ਮਾਰੀ ਹੈ ਇਹ ਪੁਆਇੰਟ ਜਾਫੀ ਦਾ ਇਹਨਾਂ ਭਰਿਆ ਮੇਲਿਆਂ ਦੀ ਰੱਬਾ ਹੋਰ ਵੀ ਕਰੀ ਤਰੱਕੀ ਇਹਨਾਂ ਭਰਿਆ ਮੇਲਿਆਂ ਦੀ ਰੱਬਾ ਹੋਰ ਵੀ ਕਰੀ ਤਰੱਕੀ ਦਾਤੇ ਵਾਲੇ ਡੀਸੀ ਨੇ ਤੇਰਾ ਨਾਂ ਧਿਆ ਕੇ ਕੱਲ ਮੈਂ ਚੱਕੀ ਅੱਜ ਤੱਤੀਆਂ ਜਲੇਬੀਆਂ ਨੂੰ ਖਾ ਕੇ ਨੱਚਦੇ ਫਿਰਨ ਜਵਾਕ ਮਾਲਕਾ ਹੈ ਤੇਰੇ ਅੱਗੇ ਅਰਦਾਸ ਮਾਲਕਾ ਹੈ ਤੇਰੇ ਅੱਗੇ ਅਰਦਾਸ ਮਾਲਕਾ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ 'ਤੇ ਅਰਦਾਸ ਹੈ ਮੋਹਣੇ ਬਾਈ ਇੱਕ ਮੈਚ ਮੈਨੂੰ ਦੱਸ ਦਿਓ ਕਿਹੜੀਆਂ ਟੀਮਾਂ ਦਾ ਇੱਥੋਂ ਹੀ ਬੋਲ ਦਿਓ ਮੈਂ ਬੋਲ ਦਿੰਦਾ ਖੋਸਾ ਕੋਟਲਾ ਤੇ ਰੋਡੇ ਖੋਸਾ ਕੋਟਲਾ ਤੇ ਰੋਡੇ ਜਲਦੀ ਨਾਲ ਟੀਮਾਂ ਗਰਾਊਂਡ 'ਚ ਆ ਜਾਣ ਇਹਨਾਂ ਟੀਮਾਂ ਦਾ ਹੀ ਮੈਚ ਹੈ ਇਹ ਪਲੀਜ਼ ਟੀਮਾਂ ਜਲਦੀ ਗਰਾਊਂਡ 'ਚ ਆ ਜਾਣ ਲਿਸਟ ਜਿਹੜੀ ਉੱਪਰ ਪੁੱਜਦੀ ਕਰ ਦਿਓ ਬੜੀ ਮਿਹਰਬਾਨੀ ਹੈ ਰੋਡੇ ਤੇ ਖੋਸਾ ਕੋਟਲਾ ਜਲਦ ਕਬੱਡੀ ਦੇ ਮੈਦਾਨ 'ਚ ਆ ਜਾਣ ਸੰਦੀਪ ਪਿੰਡਰਾਂ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਇਸ ਕਬੱਡੀ ਦੇ ਖਿਡਾਰੀ ਨੂੰ ਵੀ ਦੇਸੀ ਘਿਓ ਦਾ ਟੀਮ ਦੇ ਕੇ ਮਾਨ ਸਨਮਾਨ ਦਿੱਤੇ ਜਾਣੇ ਹੈ ਹੈਲੋ ਦੇਖੋ ਸਾਹਮਣੇ ਪਹਿਲਾ ਮੈਂ ਰੋਡਾ ਤੇ ਖੋਸਾ ਕੋਟਲੇ ਦੂਜਾ ਅਠੂਰ ਤੇ ਜਿਹੜੀ ਇਹਨਾਂ ਜਿੱਤੂਗੀ ਦੂਸਰਾ ਮੈਚ ਇਹਨਾਂ 'ਚੋਂ ਜੇਤੂ ਦਾ ਅਠੂਰ ਨਾਲ ਪਹਿਲਾ ਮੈਚ ਰੋਡੇ ਤੇ ਖੋਸੇ ਕੋਟਲੇ ਦਾ ਮੋਹਣੇ ਬਾਈ ਆ ਸਵਿਚ ਆਫ ਕਰ ਲਓ ਇਸ ਮਾਈਕ ਦੀ ਬੜੀ ਮਿਹਰਬਾਨੀ ਹੈ ਪਿੰਡਰ ਤੇ ਚੱਕ ਭਾਈ ਬਾਈ ਜਦੋਂ ਨੇ ਚੱਕ ਭਾਈ ਤੇ ਪਿੰਡਰ ਦੋ ਟੀਮਾਂ ਨੂੰ ਬਾਈ ਹੈ ਦੋ ਚਾਰ ਟੀਮਾਂ ਦੇ ਦੋ ਮੈਚ ਹੈ ਇਹ ਪਹਿਲਾਂ ਕੁਆਟਰ ਹੋਣਗੇ ਉਸ ਤੋਂ ਬਾਅਦ ਸੈਮੀ ਤੇ ਫਿਰ ਫਾਈਨਲ ਉਧਰ ਦੇਖੋ ਸਾਹਮਣੇ ਕੌਂਕਿਆਂ ਵਾਲਾ ਨੌਜਵਾਨ ਗੱਭਰੂ ਇਸ ਵੇਲੇ ਕਬੱਡੀ ਪਾ ਰਿਹਾ ਹੈ ਪਈ ਹੋਈ ਕਬੱਡੀ ਤੇ ਪੁਆਇੰਟ ਇਸ ਵੇਲੇ ਰੇਡਰ ਦਾ ਬਲਦੇਵ ਨਾਲ ਮੁਕਾਬਲਾ ਕਰਕੇ ਨੌਜਵਾਨ ਪੁਆਇੰਟ ਜੋੜਦਾ ਖੇਡ ਮੈਦਾਨ ਦੇ ਵਿੱਚ ਕਿ ਨਸ਼ਿਆਂ ਤੋਂ ਪੈਂਦਾ ਪਰਹੇਜ਼ ਕਰਨਾ ਤੇ ਆਸ਼ਕੀ ਮਸ਼ੂਕੀ ਤੋਂ ਗਰੇਜ਼ ਕਰਨਾ
जती रह के लाज रखनी लंगोट दी उच्चा सुचा फेर किरदार बनन हिक विच शेर जिनी जान चाहीदी सौखा नहीं कबड्डी दा स्टार बनन सौखा नहीं कबड्डी दा स्टार बनन। उधर देखो सामने नौजवान गभरू संदीप पिंडर वाला कबड्डी पा रहा है। अवतार सिंह बराड़ लंगियाने वाला होंगकोंग तो जुड़ा है सरदार बसंत सिंह बराड़ का पुत्र वीर का भी आप धन्यवाद करते हैं। मुबारकबाद दे रहा प्रबंध खेड क्लब नू। उधर देखो बजदियां ताड़ियां वाह आए नौजवान के ताड़ियां बजियां तो पता लग जाता लोगों के मन लगे आ दुनिया पूजदी योध्या ते कोई ना नहीं लेंदा भज्जियां दा आ दुनिया पूजदी योध्या कोई ना नहीं लेंदा भज्जियां दा। संदीप लई मान सन्मान साढ़े सरदार हरजिंदर सिंह जी होना वालों पिंडर वाले संदीप लई मान सन्मान 100 रुपए दे आप धन्यवाद करते हैं। इधर पैंदी है कबड्डी देंदी है दुनिया पॉइंट रेडर का पॉइंट रेडर का रोडे ते खोसा कोटला जल्द टीम कबड्डी के मैदान च आ जाण रोडे ते खोसा कोटला 100 रुपया संदीप दे लई बलजिंदर यूके जी उन्हां वल्लों है राजा पिंडर जी गेला पिंडर जी इन्हां वीरां वल्लों 100 रुपए दे मान सन्मान जिहड़े पिंडर वाले संदीप लई उधर सरदार हरजिंदर सिंह होणी भी मान प्यार दे गए है आपां धन्नवाद करदे हैं। इधर पई है कबड्डी कंडियाल वाले दी ते जाफी कौंकियां वाले ने ला के तकड़ा जफा अपनी टीम लई पाण दा वादा कर दिता। बलदेव सिंह तकड़ा हो जा नौजवान हुण बाजी भाजी जिहड़ी बराबर दी मुड़नी है गल समय दी होणी है। रोडे दे खोसा कोटला जेतू ना ठूर ने खेडना पिंडर ते चक भाई नू बाई है। देखो सामने बिक्की कंडियाल वाला ते दूजे पासे कौंकियां वाला मारो ताड़ियां दर्शक वीरो पॉइंट इस वेले रीडर का पॉइंट इस वेले रीडर का। उधर पानी वाले वीर सेवा कर रहे हैं आप धन्यवाद करते हैं बाबा जी पानी वाले मटन गजन वाले तो पुजा होया इन वीरां दे भी सत्कार है आए साल हर रोज ही जेडे मेलिया से सेवा करते हैं। आने वाली 20 तरीक है कोटकपुरे के लागे गुरु की ढाब अमने सरपंच होनी सदे दे रहे हैं 20 तरीक नूं उत्थे चलांगे। दाते वाले 24 तरीक नूं माले रौनक लगनी है 24 तरीक है इस साल माले दे कबड्डी कप की 14, 15 ते 16 अक्तूबर के सदे सुखी होनी धूड़कोट रणसी वाले भाई जैले उन्हों का पिंड का कबड्डी का कप वो सदे दे रहे हैं। शहीद स्वर्गवासी अमेर सिंह धारीवाल विकराट पैलस वाले की याद में तकड़ा कबड्डी का कप होना। उधर बाबा सुरजीत सिंह जी खालसा गुरद्वारा साहब वाले महापुरुष वो भी पहुंच चुके हैं आप धन्यवाद करते हैं जी आखते हैं बाबा सुरजीत सिंह जी खालसा गुरद्वारा साहब वाले महापुरुष वो भी साढ़े दरम्यान इतने पहुंच चुके हैं सारी प्रबंध खेड क्लब वालों से जी आखते हैं बाबा सुरजीत सिंह जी खालसा गुरद्वारा साहब वाले। कबड्डी ओपन दियां पहलियां 32 जां 35 टीमां एंटर होणगियां 32 टीमां एंटर होणगियां कबड्डी ओपन दियां। गोगा भाई कहिंदा आपां 32 टीमां एंटर करनियां लोकां नूं मैच दिखाउणे आ ये मेरी बेनती है टीमां प्लीज अपनी एंट्रियां करवा लैण बाद च ना कोई आके साडे प्रबंधकां दे झग्गे पाड़े भी साडी टीम तकड़ी है साडी टीम एंटर करो ये बेनती है साडे खिडारी वीरां नूं। अमन सेखो कंडियाल वाला देखो सामने आ है बिक्की नौजवान गभरू खेड मैदान दे विच आ मुंडा अरोड़ियां दा मेरे वीरो कंडियाल वाले अरोड़ियां दा सपुत्र इस वेले ला के तकड़ा जफा पॉइंट जोड़दा होया। रोडे ते खोसा कोटला ये टीमां पर जल्दी आ जाण ग्राउंड दे विच रोडे ते खोसा कोटला ये टीमां जल्द कबड्डी दे मैदान च आ जाण। उधर महापुरश बाबा सुरजीत सिंह जी वो साडे दरम्यान पहुंच चुके हैं जी आखते हैं जिन्हें भी कदम तुसीं चल के आए हो साडी प्रबंध खेड क्लब दे सिर मत्थे जी आख्या जा रहा है। साडे योधे वीर होनी गोगी होनी मनिंदर होनी साडे वीर पिंदू होनी सारे वीर समुची प्रबंध खेड क्लब जी आख रही है वो महापुरश धन धन बाबा खजान सिंह जी की याद रौनक लगी है। अज का पिंडर का कबड्डी कप जिनी भी रब रूपी संगत पुजी हुई है सारे का सत्कार है सारे वीर धन्यवाद है सारे एनआरए वीर वालों सारे दानी भरावों वालों समुची प्रबंध खेड क्लब वालों कबड्डी के स्टारा जन्म देने वाली है धरती कबड्डी के स्टारा जन्म देने वाला है नगर। मेरी सिक्योरिटी वाले वीर बेनती है टी शर्टा वेटिंग बॉक्स लवा के इतने कपड़ा मरवा के रेडर से फिर टीम एंटर ग्राउंड संदीप की कबड्डी जाफी कौंकियां वाला ट्राई करता पॉइंट इस वेले जाफी का मैं समाप्त गुप्ता साडा वीर इशारा कर रहा भी कौंके जे तुर इस मैच चो अठूर ते कौंकियां दा मैच होना कौंके जित गई इस मैच चो कौंके जित गई इस मैच चो।
संदीप उपरली स्टेज तो आके अपने मान सम्मान ले जाए। चौथे राउंड का पहला मैच जिहड़ा हुण खेडा जाना है रोडे ते खोसे कोटले दीआं टीमां दा, अठूर ने कौंकियां नाल खेडणा, इह टीमां नोट कर लैणो। रोडे ते खोसा कोटला चौथे राउंड का जिहड़ा पहला मैच खेडा जाणा कबड्डी दे मैदान अंदर, यह टीमां जल्दी आ जा। रोडे आ गई है, खोसे कोटले नूं मेरी बेनती है जल्द खिडारी जिहड़े ग्राउंड च आ जाण। रोडे आ चुकी है, खोसा कोटला आवे। अठूर ते कौंकियां दा मैच है, रोडे ते खोसा कोटला, अठूर ते कौंकियां दा मैच है। ये टीम तैयारी कर लैण। दोनों टीम जिहड़ियां जल्दी ग्राउंड च आ जाण, अठूर ते कौंके। कौंकियां वाले चलदे मैच दी रिश्ता भी जल्दी ग्राउंड च आ जाओ तुसी, क्योंकि सानू भी पता मैच तुसी हुणे खेडिया पर गां भी तुहानू ही खेडना पैना है, क्योंकि मैच अपने कोल यही क्वार्टर ही है। उस तो बाद कबड्डी ओपन दी साडे कोल पहलियां 20-22 टीमां एंटर हो चुकी हैं, 32 टीमां ही एंटर होनी है, लिमिटेड 32 टीमां ही एंटर होणगीआं कबड्डी ओपन दीआं। इह प्रबंधक वीरां दा फैसला है। उधर सेवक माणूके वाला साडा वीर कल्ली कल्ली कबड्डी ते कल्ले कल्ले जफ्फे नूं कबड्डी365.com दे जरिए दिखा रहे हैं, आपां धन्नवाद करदे हैं। खेड दे मैदान दी गल वखरी है, रोडियां दी टीम आ गई है, खोसा कोटला जल्द ग्राउंड च आवे, खोसा कोटला जल्द ग्राउंड च खिडारी जिहड़े पुज्जे हन। अठूर ते कौंके, गुरु सर चक दी टीम जे इत्थे पुज्जी है 75 किलो, उह आके प्रबंधकां नाल संपर्क कर लवे। चक भाई ते पिंडरे दो टीमां 22 दे विच है, चक भाई वाले प्लेयर आके भाई गोगे उहनां नूं मिल लैण, जिहदे वीर उहनां नाल आके संपर्क बना लैण तां जो असीं मैचां दी एडजस्टमेंट कर सकीए। ओपन दीआं टीमां जल्द अपनी एंट्रियां करा लैण। खोसे कोटले नूं मेरी बेनती है प्लीज जल्दी टीम जिहड़ी ग्राउंड च आवे, इंतजार हो रहा है। जिन्नी भी रब रूपी संगत, जिन्ने भी दर्शक वीर पुजे है, आप सारे का धन्यवाद करते हैं। आम ही खेड मिले तो असं गल करते हों भी चढ़ाते भी लोग है, तो थले लाने भी लोग, इन्होंने जी रब वसद है, आप इन्हों की कदर करा। मेरी बेनती है खोसा कोटला तो रोडिया का मैच है, जल्दी टीम ग्राउंड च आ जाए। खोसे कोटले की टीम खोसे कोटले की टीम जी जल्दी ना ग्राउंड च आवे, खोसे कोटले की टीम। वाकई ये गल मनन योग है गोगे वीर उन्हां दी, जोधे वीर उन्हां दी, साडे पिंदू वीर होनी। मैनू अज भी वह समा याद है 2009 का कबड्डी का कप, जदों पहली बार इस ग्राउंड विच माइक फड़ के बोलिया। उस तो बाद सच्चे पातशाह वाहगुरु की ऐसी मेहर हुई, फुल कृपा महापुरशां दी, एक करमा वाली धरती है, वाकई एक करमा वाली धरती है। सो बहुत बहुत धन्यवाद है, ऋणी रहांगे इन्हां भरावां दा जिन्हां ने इत्थों तक पहुंचा दिता इस नवाणे जे वीर नूं। मेरी बेनती है खोसे कोटले की टीम जल्दी ना ग्राउंड च आवे, खोसे कोटले की टीम जल्दी ना कबड्डी के मैदान च आवे। बाबा शिंदर सिंह जी अरदासे वाले वह भी जल्दी सवां लैके पुजे है, आप जी आखते हैं खोसा कोटला जल्द ग्राउंड च पुजे आवे। नाल ही आप धन्यवाद करते हैं सरदार गुरविंदर सिंह जी नंबरदार, इन्होंने परिवार वालों कबड्डी365.com जो नैट की सेवा की गई है, इन्होंने परिवार का भी बहुत बड़ा धन्यवाद है। उधर प्रदीप ते हैपी का 500 पाउंड का विशेष मान सम्मान होना। पुराने कबड्डी के स्टारा का बंटी पिंडर, कैला पिंडर, बंता पिंडर, गुरमीत कुसा, चैना सिद्धमा, इन्हां अनेक कबड्डी के स्टारा का भी अज मान सम्मान किया जाना। यह भी वड्डे माण वाली गल है मेरे वीरियो कि पिंडर पिंड का बंता भी जो कौडी पाँदा सी, माण सी बड़ा जवानी का लाता फड़ाउंदा सी। बिल्ला ते शीरा भी रेडर बेस्ट कहाए ने, गुट फड़ जाफी कैले ने भी बहुत घुमाए ने, लंघियाणिया जोधा लिखे निचोड़ कबड्डी दे, ए अणमुले हीरे बाबे बोड़ कबड्डी दे, ए अणमुले हीरे बाबे बोड़ कबड्डी दे। खोसा कोटला मैं काफी बाजा मारती हूं, कीपे जल्दी आ जाओ मेरे वीर। अठूर ते कौंके, खोसे कोटले नूं मैं काफी बाजा मारियां, प्लीज जल्दी टीमां जिहड़ियां ग्राउंड च आ जाण।
ਨਾਮ ਵੀਰੇ ਰੈਕਾ ਦੱਸੋ ਬਈ ਹਾਂ ਹਾਂ ਬਈ ਬੋਲ ਦਾਂਗੇ ਬਾਈ ਫਰੀਦਕੋਟ ਦਾ ਬੋਲ ਦੂੰ ਬਾਈ ਬੋਲ ਹਾਂ ਹਾਂ ਬਾਈ ਚੱਲ ਠੀਕ ਆ ਮੈਚ ਬੋਲਣਾ ਯਾਰ ਮੈਂ ਕੋਈ ਨਾ ਬੋਲ ਦੂੰਗਾ ਖੋਸੇ ਕੋਟਲੇ ਨੂੰ ਮੇਰੀ ਬੇਨਤੀ ਹੈ ਜਲਦੀ ਨਾਲ ਟੀਮ ਜਿਹੜੀ ਗਰਾਊਂਡ 'ਚ ਪੁੱਜ ਜਾਵੇ ਖੋਸਾ ਕੋਟਲਾ ਜਲਦ ਕਬੱਡੀ ਦੇ ਖਿਡਾਰੀ ਜਿਹੜੇ ਗਰਾਊਂਡ 'ਚ ਆ ਜਾਣ ਤਾਂ ਜੋ ਉਹਨਾਂ ਦਾ ਮੈਚ ਸ਼ੁਰੂ ਕਰਵਾਇਆ ਜਾ ਸਕੇ ਰੋਡਿਆਂ ਦੀ ਟੀਮ ਗਰਾਊਂਡ ਦੇ ਵਿੱਚ ਹੈ ਆਉਣ ਵਾਲੀ 20 ਤਰੀਕ ਹੈ ਬਾਬਾ ਫਰੀਦ ਦੀ ਯਾਦ ਦੇ ਵਿੱਚ ਫਰੀਦਕੋਟ ਸ਼ਹਿਰ ਦੇ ਵਿੱਚ ਰੌਣਕਾਂ ਲੱਗਣੀਆਂ ਉੱਧਰ ਸਾਡੇ ਵੀਰ ਖੋਸੇ ਕੋਟਲੇ ਵਾਲੋ ਵੀਰੇ ਸਾਨੂੰ ਮਜਬੂਰ ਨਾ ਕਰੋ ਵੀ ਅਸੀਂ ਤੁਹਾਡੀ ਟੀਮ ਕੱਟੀਏ ਦੇਖੋ ਕਿੰਨੀ ਗਰਮੀ ਹੈ ਦਰਸ਼ਕ ਵੀਰ ਵੀ ਤੁਹਾਨੂੰ ਦੇਖਣ ਲਈ ਬੈਠੇ ਹੈ ਅਗਲਾ ਮੈਚ ਠੂਰ ਤੇ ਕੌਂਕਿਆਂ ਦਾ ਇਹ ਵੀ ਟੀਮਾਂ ਜਲਦੀ ਗਰਾਊਂਡ 'ਚ ਆ ਜਾਣ ਖੋਸੇ ਕੋਟਲੇ ਨੂੰ ਕਾਫੀ ਲੰਬੇ ਟਾਈਮ ਤੋਂ ਆਵਾਜ਼ਾਂ ਮਾਰ ਰਹੇ ਹੈ ਪਲੀਜ਼ ਖੋਸਾ ਕੋਟਲਾ ਦੀ ਟੀਮ ਜਿਹੜੀ ਜਲਦੀ ਗਰਾਊਂਡ 'ਚ ਪੁੱਜ ਜਾਵੇ ਜਸ ਸਟੂਡੀਓ ਤੇ ਪਾਲ ਸਟੂਡੀਓ ਵਾਲੇ ਵੀਰਾਂ ਦਾ ਧੰਨਵਾਦ ਉੱਧਰ ਕਬੱਡੀ 365.com ਦੀ ਸਮੁੱਚੀ ਟੀਮ ਦਾ ਧੰਨਵਾਦ ਸਾਰੀਆਂ ਰੱਬ ਰੂਪੀ ਸੰਗਤਾਂ ਦਾ ਸਾਰੇ NRI ਵੀਰਾਂ ਦਾ ਸਾਰੇ ਸਤਿਕਾਰਯੋਗ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿੰਦਰ ਤੇ ਲੱਖਾ ਆਸਟ੍ਰੇਲੀਆ ਤੋਂ ਜੁੜੇ ਹੋਏ ਗਿੱਲ ਇੰਗਲੈਂਡ ਤੋਂ ਕੈਨੇਡਾ ਤੋਂ ਜੁੜਿਆ ਹੋਇਆ ਬਲਜਿੰਦਰ ਸਾਡਾ ਵੀਰ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਪੁੱਜਾ ਹੋਇਆ ਸੁਰਜਨ ਸਿੰਘ ਜੀ ਤੂਰੋਣੀ UK ਤੋਂ ਕਬੱਡੀ ਦੇ ਸਟਾਰ ਅੱਜ ਕਬੱਡੀ 365.com ਦੇ ਜ਼ਰੀਏ ਜੁੜੇ ਹੋਏ ਹੈ ਆਪਾਂ ਸਾਰੇ ਵੀਰਾਂ ਦੇ ਸਤਿਕਾਰ ਕਰਦੇ ਹਾਂ ਧੰਨਵਾਦ ਕਰਦੇ ਹਾਂ ਮੇਰੀ ਬੇਨਤੀ ਹੈ ਖੋਸਾ ਕੋਟਲਾ ਜਲਦ ਕਬੱਡੀ ਦੇ ਮੈਦਾਨ ਜਾਵੇ ਘੱਟੋ ਘੱਟ 50 ਆਵਾਜ਼ਾਂ ਮਾਰਦੀਆਂ ਖੋਸੇ ਕੋਟਲੇ ਨੂੰ ਪਲੀਜ਼ ਤੁਸੀਂ ਸਮੇਂ ਨੂੰ ਸਮਾਂ ਸਮਝ ਕੇ ਮੇਰੇ ਵੀਰ ਗਰਾਊਂਡ 'ਚ ਪੁੱਜ ਜਾਣਾ ਨਹੀਂ ਤਾਂ ਅਸੀਂ ਟੀਮ ਕੱਟਣ ਲਈ ਮਜਬੂਰ ਹੋਵਾਂਗੇ ਤੇ ਖਿਡਾਰੀ ਵੀਰਾਂ ਨੂੰ ਕਹੋ ਵੀ ਆਪਦੀ ਆਦਤਾਂ ਸੁਧਾਰਨਾ ਤੇ ਟਾਈਮ ਤੇ ਪਹੁੰਚਣ ਹਾਂ ਹਾਂ ਬਾਈ ਹੋਈ ਵੀ ਇਹ ਗੱਲ ਹਾਂ ਹਾਂ ਬਾਈ ਠੀਕ ਆ ਬਾਈ ਲਾਏ ਹੋਏ ਆ ਬੰਦੇ ਤੁਹਾਨੂੰ ਹੁਣ ਕਿਵੇਂ ਲੱਗਦਾ ਗਰਾਊਂਡ 'ਚ ਬਾ ਇਕੱਲੇ ਟੀ ਸ਼ਰਟਾਂ ਨੂੰ ਸਾਰਾ ਕੁਝ ਬਾਹਰ ਲਾ ਕੇ ਤੁਸੀਂ ਵੇਖੀ ਜਾਂਦੇ ਆ ਕੋਈ ਨਾ ਬਾਈ ਓਪਨ ਦੇ ਹੈਲੋ ਖੋਸਿਆਂ ਵਾਲਿਓ ਆ ਜਾਓ ਬਈ ਗਰਮੀ ਬਹੁਤ ਆ ਦਰਸ਼ਕ ਵੀਰ ਵੇਖੋ ਤੁਹਾਡੇ ਹੈਲੋ ਵੇਖਣ ਨੂੰ ਠੀਕ ਰਹੇ ਖੋਕੇ ਵੀਰੇ ਆਉਂਦੇ ਆ ਉਹਨਾਂ ਸੁਨੇਹਾ ਆ ਗਏ ਅਰਦਾਸ ਕਰੀ ਜਾਂਦੇ ਆ ਉਹ ਆਉਂਦੇ ਆ ਇੱਕ ਮਿੰਟ 'ਚ ਖੋਸਾ ਕੋਟਲਾ ਅਠੂਰ ਤੇ ਕੌਂਕੇ ਬਈ ਇਹ ਵੀ ਜਲਦੀ ਪਹੁੰਚਣ ਅਠੂਰ ਕੌਂਕੇ ਰੋਡੇ ਤੇ ਖੋਸੇ ਕੋਟਲੇ ਦਾ ਮੈਚ ਹੈ ਅਠੂਰ ਤੇ ਕੌਂਕੀ ਹੈਲੋ ਰੋਡੇ ਤੇ ਖੋਸੇ ਕੋਟਲੇ ਦਾ ਮੈਚ ਹੈ ਅਠੂਰ ਤੇ ਕੌਂਕੀ ਇਹ ਵੀ ਟੀਮਾਂ ਜਿਹੜੀਆਂ ਤਿਆਰ ਪੁਰ ਤਿਆਰ ਹੋ ਕੇ ਕਬੱਡੀ ਦੇ ਮੈਦਾਨ 'ਚ ਆ ਜਾਣ ਮੇਰੀ ਬੇਨਤੀ ਹੈ ਰੋਡੇ ਤੇ ਖੋਸਾ ਕੋਟਲਾ ਦਾ ਮੈਚ ਹੈ ਖੋਸੇ ਕੋਟਲੇ ਦੀ ਟੀਮ ਜਲਦੀ ਗਰਾਊਂਡ 'ਚ ਆਵੇ ਹੈਲੋ ਹਾਂਜੀ ਹਾਂਜੀ ਵੀਰ ਜੀ ਬੋਲੋ ਪਾਰਟੀਸਪੇਟ ਵੀਰੇ ਕੋਈ ਨੀ ਬਣਦਾ ਕਿਰਾਇਆ ਦੇ ਦੇਣਗੇ ਓਦਾਂ ਕੋਈ ਪਾਰਟੀਸਪੇਟ ਨੀ ਗਾ ਬਣਦਾ ਕਿਰਾਇਆ ਦਿੱਤਾ ਜਾਣਾ ਬਾਈ ਆਹ ਗੱਲ ਕਰ ਲਾ ਕਮੇਟੀ ਵਾਲਿਆਂ ਦਾ ਭਾਵੇਂ ਆ ਬਾਈ ਕਰੀ ਗੱਲ ਕਰ ਸੌਰ ਸਿੰਘ ਤੋਂ ਆਪਣੇ ਟੀਮ ਕਹਿੰਦੇ ਕੀ ਪਾਰਟੀਸਪੇਟ ਦੇ ਬਾਈ ਬਣਦਾ ਕਿਰਾਇਆ ਤਾਂ ਦੇ ਦੇਣਗੇ ਹੈਲੋ ਹਾਂਜੀ ਇੱਕ ਮਿੰਟ ਪਹੁੰਚ ਬਾਈ ਟਾਈਮ ਕਿੰਨਾ ਦੇਣਾ 20:30 ਕਿ 15 ਟਾਈਮ ਕਿੰਨਾ ਦੇਣਾ ਵਾ 20:30 ਤੇ 21 20:30 ਤੇ 21 ਨੰਬਰਾਂ ਤੇ ਜਿੱਤਾ ਰਹੂਗੀ ਰੋਡੇ ਵੀ ਆ ਗਈ ਹੈ ਤੇ ਖੋਸਾ ਕੋਟਲਾ ਵੀ ਆ ਗਈ ਹੈ ਅਠੂਰ ਤੇ ਕੌਂਕਿਆਂ ਦੀਆਂ ਟੀਮਾਂ ਤਿਆਰੀ ਕਰ ਲੈਣ ਅਠੂਰ ਤੇ ਕੌਂਕੇ ਅਠੂਰ ਤੇ ਕੌਂਕਿਆਂ ਨੂੰ ਮੇਰੀ ਬੇਨਤੀ ਹੈ ਟੀਮਾਂ ਵੀ ਤਿਆਰੀ ਕਰ ਲੈਣ ਲੈ ਵੀ ਦਾਤੇ ਵਾਲਾ ਬਿਸਲ ਮਾਰ ਦਿਓ ਮੈਚ ਜਿਹੜਾ ਸ਼ੁਰੂ ਕਰਵਾ ਦਿਓ ਮੇਰੀ ਬੇਨਤੀ ਹੈ ਪ੍ਰਤਾਪ ਉਮਰੀਆਣੇ ਵਾਲਾ ਵੀਰ ਥੋੜੀ ਜਿਹੀ ਆਵਾਜ਼ ਖੋਲ ਦਿਓ ਬਹੁਤ ਪਿਆਰੀ ਸਾਊਂਡ ਬਾਪੂ ਕਰਨੈਲ ਸਿੰਘ ਜੀ ਉਮਰੀਆਣੇ ਵਾਲਿਆਂ ਦੀ ਗੱਬਰ ਸਾਊਂਡ ਗੱਲ ਵੱਖਰੀ ਹੈ
आवाज थोड़ी जी खोल दो, मेरी बेनती है। बहुत प्यारी साउंड है, आम ही खेड मेलों से लगती है। बहुत प्यारे वीर है साढ़े पठूर ते कौंके भी वेटिंग बॉक्स के जल्दी आ जाओ, पठूर ते कौंके भी वेटिंग बॉक्स के जल्दी पुज जाओ। रोडे ते खोसे कोटले का मैच जिहड़ा इस वेले स्टार्ट होने जा रहा है कबड्डी के मैदान अंदर, कबड्डी के मैदान अंदर इस वेले रोडे ते खोसे कोटले का मैच शुरू होने जा रहा है। अठूर ते कौंके से भी मैच जल्दी शुरू करवा दे वीरे। खोसे कोटले की टीम ने अपनी साइड लै ली है पिंड वाले पासे, दूजे पासे टीम जिहड़ी रोडियां दी थोड़ी जी घटा दो बापू जी आवाज, बहुत प्यारी साउंड इत्थे रहण दो। रोडे ते खोसा कोटला दीआं टीमां दे दरमियान इस वेले खेड मैदान दे विच टक्कर जिहड़ी हुण जा रही है, मैच जिहड़ा खेडा जाणा है। अठूर ते कौंके जल्द तैयार होके कबड्डी दे मैदान च आ जाणो, अठूर ते कौंके जल्द टीमां तैयार होके कबड्डी दे मैदान च आ जाणो। मेरी बेनती है इन्हां टीमां नूं लेट ना आउण, पिंडर ते चक भाई नूं बाई, उस तों बाद दो जिहड़े सैमी ते इक फाइनल होगा। ओपन दीआं टीमां जल्दी आप अपनी एंट्रियां करवा लैण, कबड्डी ओपन दी टीमां जल्दी तो जल्दी आप अपनी एंट्रियां करवा लैण। धन धन बाबा खजान सिंह जी यादगारी कबड्डी का कप पूरे परजोबन ते, चिट्टियां कबाह दीआं फुट्टियां वर्गी धुप ते मठी मठी चलदी हुई हवा, जिंदाबाद कबड्डी, जिंदाबाद कबड्डी। कबड्डी दे स्टार पुजे जिस धरती ते, कबड्डी दे स्टार बुलाए हुए प्रबंधक वीरां ने। उधर मेरी बेनती है अठूर ते कौंके वेटिंग बॉक्स दे विच पुजे हन, अठूर ते कौंके। उधर साडे प्रबंधक वीरां वल्लों इधर निशान साडा वीर पुज्जा है स्कूटर ते मोटरसाइकिल अपने, जिहड़े उन्होंने स्टैंड लाया उह कहिंदा सानू वी सेवा दा मौका दिओ। सो इह वी जिहड़ा गल जिहड़ी ध्यान दे विच रखणी दर्शक वीरां ने। खोसे कोटले दी टीम वल्लों कारू सलीणे वाला कबड्डी पा रहे है। उधर दूजे पासे चार जाफी तैयार है खेड मैदान दे विच, देखो खेड मैदान दे विच पई हुई कबड्डी है। रोडियां वाले नौजवान ने कीती ट्राई ते पॉइंट इस वेले रेडर दा, पॉइंट इस वेले रेडर दा। अठूर ते कौंके जल्दी वेटिंग बॉक्स च आ जाण, इह मैच खत्म होण तों पहलां पहलां दोनों टीमां प्लीज ग्राउंड च आ जाण। अठूर ते कौंकियां नूं मेरी बेनती है जल्दी टीमां जिहड़ियां तैयार होके कबड्डी दे मैदान च आ जाण। पॉइंट रेडर दा, पॉइंट इस वेले रेडर दा। निरपै तूर खोसे कोटले वाला अगली कबड्डी पाउण दे लई वाधा होया खेड मैदान दे विच। गिदड़ी जन्म दिंदी है गिदड़ां नूं ते शेर नहीं कर सकदी है शेर पैदा, जिहड़ी जमीन दे विच हुंदी गिल पूरी फसल हुंदी उहदे विच ढेर पैदा, चंद पुन्निआं दा रात नूं दिन चाढ़े ते मस्या करदी है लोको हनेर पैदा, जिहड़े मापिआं ने कीती होवे तपस्या उहनां दे घर हुंदा पुत पलेर पैदा, जिहड़े मापिआं ने कीती होवे तपस्या उहनां दे घर हुंदा पुत पलेर पैदा। तां सामणे निरभै दी पई हुई कबड्डी ते जाफी रोडियां वाला ट्राई करदा, वजदीआं ताड़ियां खित नौजवाना आ की बण गिआ, हाए मेरी जान खिलर गई भान, हाए मेरी जान खिलर गई भान। यह पॉइंट इस वेले जाफी का, यह पॉइंट इस वेले जाफी का की पिया, हो तकड़ा नौजवान, हो तकड़ा नौजवान। देखो रोडिया वाले की पई हुई कबड्डी, जा कह काके नूं हुण ला के जफा बराबर की भाजी मोड़नी है। गल समय की होनी है कि काले पाणी माड़ नूं खत किसने पाया, बदला लै ली जोणिया जे मां दा जाया, बदला लै ली जोणिया जे मां दा जाया। देखो लगदा जफा फड़िया लक हंदिया के कोल आण के गल कसूती है, वाह ओए नौजवान वाह। पॉइंट इस वेले जाफी का, पॉइंट इस वेले जाफी का स्वाद बजा पै अज पिंडरां दे कबड्डी कप ते। अठूर दी टीम ते कौंकियां दा मैच खेडा जाणे अगला, ए टीमां तैयार होके वेटिंग बॉक्स च आ जाण जल्दी तो जल्दी। कालू नाम है, सलीणा पिंड है, खोसे कोटले दी टीम वल्लों नौजवान गभरू चढ़दी उम्र दा खिडारी इस वेले कबड्डी पा रहा है। रंग भावें मुंडे दा काला पर कबड्डी बड़ी साफ सुथरी खेडदा है। लो पॉइंट इस वेले रेडर दा, जसवीर महने वाला विसल मारदा, यह पॉइंट इस वेले रेडर दा। 20 तरीक अमने सरपंच होणी गुरु की ढाब वाले सद्दे दे रहे हैं, 20 तरीक नूं उत्थे मैच होणगे। 24 तरीक नूं सेभी थाते वाले माले रौनकां लगणगियां, जसप्रीत होणी साडे वीर माले वाले सद्दे दे रहे हैं। 24 तरीक है इस साल माले दे कबड्डी कप दी। उधर वेखो खेड मैदान दे विच अगली कबड्डी पाउण दे लई नौजवान गभरू करदा तैयारी। आरी 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 मित्रां दे पिंड जाण दी मुंडा करदा फिरे तैयारी, मित्रां दे पिंड जाण दी मुंडा करदा फिरे तैयारी। देखो सामणे कीती आ तैयारी, इह की पाए नौजवान गभरू इस वेले खोसे कोटले वाला, इक भलूर वाला इक बदनी वाला कबड्डी दा स्टार होया। देखो सामणे कीपे दी पाई हुई कबड्डी, मारी जदों छाल ला के जोर पट्टा नाल,
अख दे चमके ना कमाल जे हो गया हाथ लाके जाफी दा रीडर फिर कहंदे आ गया आ गया आ गया आ गया ते पॉइंट रीडर दा हठूर आ गई कौंकियां नूं मेरी बेनती है जल्दी ग्राउंड च आवे कौंकियां दी टीम वेटिंग बॉक्स पुज जावे उधर साडा गोगा वीर कहंदा वी दुक्की दा वी अज मान सम्मान कीता जाणा दुक्की पिंडरां वाले दा लै वी दुक्की भाई मुबारकबाद आ तैनूं वी अज गोगे बाई होणी कहंदे वी इह सवीर दा वी बहुत जोर लगा होया ग्राउंड वी बहुत सोहणी तैयार कीती है ते फौड़िआं वाली वी नवीं पिरत पाई है सवीर ने अज कहंदे सवीर दा वी मान सम्मान कीता जाणा है पाले पिंडर दा मान सम्मान सुखे पिंडर दा मान सम्मान कबड्डी दे पुराने स्टारां दे मान सम्मान कीते जाणगे प्रदीप ते हैप्पी दा मान सम्मान उधर जिंदर ते लखा आस्ट्रेलिया तो जुड़े हुए गुरमेल गेला कनेडा तो जुड़िया होया बलजिंदरा इंग्लैंड तो पुज्या होया साडा वीर मेरे वीरो हैलो खिडारी वीर ध्यान दिओ इस मैच तो बाद अगले राउंड दीआं टाइयां कढ़ीआं जाणीआं खिडारी वीर साडे कोले पहुंच स्टेज ते हठूर ते कौंके दोनों टीम आ चुकी है बड़ी मेहरबानी है दोनों टीम दी वेखो सामने नौजवान गभरू रोडियां वाला कबड्डी पाउंदा होया हेलो ग्राउंड दे विच ही कढ़नी है टाइयां मेरे वीरो ग्राउंड जी पहुंचो खिडारी वीर ध्यान दिओ इस मैच तो बाद अगले राउंड दीआं टाइयां कढ़नीआं ग्राउंड जी कढ़ीआं जाणीआं उत्थे पहुंचो खिडारी वीर साडे सेवादार वीर मंगे ओड़ी चाहुंदे ओड़ी बड़ी मेरे वीरो मन ला के जिहड़ी सेवा कर रहे है इन्हां वीरां दे वी धन्नवाद है उधर देखो कीपा खोसे कोटले वाला कबड्डी पा रहा है कीपा खोसे कोटले वाला कबड्डी पा रहा है बहुत वड्डे माण प्यार जिहड़े आदर सत्कार साडे वीर राजा पिंडर जी भाई गुरमेल गेला जी बलजिंदर यूके जी सरदार हरबंस सिंह मैंबर दा परिवार एक लख रुपये दे योगदान है बड़े आदर सत्कार एक हजार रुपया भेज रहे इन्हां पंजाबी मां बोलां तों खुश होके आपां धन्नवाद करदे इन्हां वीरां दे उधर जिंदर ते लखा साडा वीर आस्ट्रेलिया तों जुड़े हुए है वार वार फोन कर रहे है स्वाद वधिया पिया सुरजन सिंह जी तूल यूके तों जुड़े हुए है नाल साडे सारे पुराने कबड्डी दे स्टार वह भी कोई कनेडा तो कोई इंग्लैंड तो कोई यूएसए तो जुड़िया होया फोन आई जांदे साडे गोगे वीर उहनां नूं मुबारकबाद आई दी इस कबड्डी कप दी उधर देखो कारू सलीने वाला पा के कबड्डी पॉइंट अपनी टीम दे हिस्से जोड़दा होया खेड मैदान दे विच हठूर ते कौंकियां नूं मेरी बेनती है हठूर ते कौंकियां नूं मेरी बेनती है टीमां तैयारी कर लैण लो खेड मैदान दे विच नौजवान गभरू दी पाई हुई कबड्डी बोलिया होया धावा दूजे पासे चार जाफी देखो सामने खेड मैदान दे विच खोसे कोटले वाला करदा ट्राई लग्या जोर ए पॉइंट रेडर दा ए पॉइंट इस वेले रेडर दा खेड मैदान दे विच लो पैंदी है कबड्डी हुण देंदी है दुनिया देखो सामने खेड मैदान दे विच पई हुई कबड्डी है लो सामने कीपा खोसे कोटले वाला दर्शक वीरो जे मैच दा स्वाद आ रहा एक बारी दोनों टीमां लई ताड़ी मार दिओ दोनों टीमां पूरियां सिरे दीआं टीमां पिंडरां दे कबड्डी कप ते रौनक लगी हुई है सुरजन सिंह जी तूर यूके तों नाल साडे गेला जी कनेडा तों जुड़े हुए है आपां धन्नवाद करदे हां जिंदर ते लखा आस्ट्रेलिया तों जुड़े हुए पिंडा तूर जी यूके तों जगिंदर सिंह जी तोता यूके तों मनजिंदर यूके तों मुख्तियार सिंह जी यूके तों मखण सिंह जी समरा यूएसए लोहगढ़ वाले सुखिंदर सिंह जी भोला कनेडा बलवंत सिंह जी तूर दा परिवार